ਸਤ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਦੀਵਾਲੀ ਦੇ ਤਿਹਾਰ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਜਨਤਾ ਨੂੰ ਜ਼ਰੂਰੀ ਹਦਾਇਤਾਂ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ, ਖੇੜ ਸੇਤ ਤੇ ਪਰਿਵਾਰ ਭਲਾਈ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਯੁਵਕ ਸੇਵਾਵਾਂ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੁਰੱਖਿਆ ਉਪਾਵਾਂ ਦੀ ਸਖਤੀ ਦੇ ਨਾਲ ਪਾਲਣਾ ਕਰਦੇ ਹੋਏ ਤਿਹਾਰ ਮਨਾਉਣਾ ਤੇ ਵੱਧ ਰੇ ਹਵਾ ਪ੍ਰਦੂਸ਼ਣ ਦੇ ਸੰਮੁਖ ਤਿਹਾਰਾਂ ਦੇ ਦੌਰਾਨ ਪਟਾਕੇ ਚਲਾਉਣ ਤੋਂ ਗਰੇਜ ਕਰਨ ਇੱਥੇ جاری ਸਾਂਝੇ ਬਿਆਨ ਦੇ ਵਿੱਚ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਸੁਰੱਖਿਅਤ ਤਿਹਾਰ ਮਨਾਉਣਾ ਯਕੀਨੀ ਬਣਾਉਣ ਲਈ ਸਾਨੂੰ ਆਸਾਧਾਰਨ ਸਵੈ ਅਨੁਸ਼ਾਸਨ ਅਤੇ ਸੰਜਮ ਵਰਤਨ ਦੀ ਲੋੜ ਉਹਨਾਂ ਨੇ ਕਿਹਾ ਸਾਰੇ ਨਾਗਰਿਕਾਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕਾਲਾਂ ਦੀ ਸਖਤੀ ਨਾਲ ਪਾਲਨਾ ਕਰਦਿਆਂ ਜ਼ਿੰਮੇਵਾਰੀ ਦੇ ਨਾਲ ਤਿਹਾਰ ਮਨਾਉਣੇ ਚਾਹੀਦੇ ਹਨ ਮੰਤਰੀਆਂ ਨੇ ਕਿਹਾ ਕਿ ਲੋਕਾਂ ਨੂੰ ਭੀੜ-ਪੜੱਕੇ ਵਾਲੇ ਥਾਵਾਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਵਾਰਰਾਂ ਦੇ ਨਾਲ ਤਿਹਾਰਾਂ ਨੂੰ ਆਨੰਦ ਮਾਣਨਾ ਚਾਹੀਦਾ ਜੇ ਉਹਨਾਂ ਨੇ ਘਰੋਂ ਬਾਹਰ ਜਾਣ ਦੀ ਲੋੜ ਪੈਂਦੀ ਆ ਤਾਂ ਉਹ ਹਰ ਸਮੇਂ 마ਸਕ ਜ਼ਰੂਰ ਪਹਿਨ ਪੰਜਾਬ ਵਾਸੀਆਂ ਨੂੰ ਪਟਾਕੇ ਚਲਾਉਣ ਤੋਂ ਗਰੇਜ ਕਰਨ ਦੀ ਅਪੀਲ ਕਰਦਾ ਹੈ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਦੇ ਨਾਲ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਂਦਾ ਜੋ ਸਾਡੀ ਸਾਹ ਲੈਣ ਦੇ ਵਿੱਚ ਤਕਲੀਫ ਪੈਦਾ ਕਰਦਾ ਹੈ ਫਗਵਾੜਾ ਵਿੱਚ ਗਰਜੇ ਸੁਖਬੀਰ ਬਾਦਲ ਪੰਜਾਬ ਚ ਕੈਪਟਨ ਦਾ ਨਹੀਂ ਸਗੋ ਗੈਂਗਸਟਰਾਂ ਦਾ ਰਾਜ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫਗਵਾੜਾ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਪਲੇ ਨੂੰ ਲੈ ਕੇ ਸੂਬਾ ਪਧਰੀ ਰੋਸ ਪ੍ਰਦਰਸ਼ਨ ਕੀਤਾ ਫਗਵਾੜਾ ਦੇ ਵਿੱਚ ਗਰਜਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦਾ ਨਹੀਂ ਸਗੋ ਗੈਂਗਸਟਰਾਂ ਦਾ ਖੁੱਲਾ ਗੁੰਡਾ ਰਾਜ ਚੱਲ ਰਿਹਾ ਉਹਨਾਂ ਨੇ ਕਿਹਾ ਜੀ ਪੰਜਾਬ ਇਸ ਸਮੇਂ ਬੇਹੱਦ ਗੰਭੀਰ ਹਾਲਾਤ ਦੇ ਵਿੱਚੋਂ ਨੰਗਲਿਆ ਜੇਕਰ ਤੁਸੀਂ ਸੁਖਬੀਰ ਦੇ ਬਿਆਨ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਹਮਲੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਤਾਂ ਘਰੋਂ ਬਾਹਰ ਨਹੀਂ ਨਿਕਲਦੇ ਹਨ ਅਤੇ ਦਾਵਾ ਇਹ ਕਰਦੇ ਹਨ ਕਿ ਉਹ ਲੋਕਾਂ ਦੀ ਸੇਵਾ ਦੇ ਪ੍ਰਤੀ ਸਮਰਪਿਤ ਹਨ ਕੈਪਟਨ ਸਰਕਾਰ ਦੇ ਰਾਜ ਵਿੱਚ ਪੰਜਾਬ ਵਿਨਾਸ਼ ਦੇ ਵੱਲ ਚੱਲ ਰਿਹਾ ਕੈਪਟਨ ਸਰਕਾਰ ਨੇ ਪਿਛਲੇ 4 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਪੂਰਾ ਨਹੀਂ ਕੀਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਕੇਂਦਰ ਸਰਕਾਰ ਦੇ ਵੱਲੋਂ 40 ਤੋਂ ਵੱਧ 40 ਸਾਲ ਤੋਂ ਵੱਧ ਦੇ ਮੁਲਾਜ਼ਮਾਂ ਦੀ ਹੋਵੇਗੀ ਮੁਫਤ ਸਿਹਤ ਜਾਣ ਚ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਕੇਂਦਰ ਸਰਕਾਰ ਦੇ ਵੱਲੋਂ ਤਿਆਰ ਕੀਤੇ ਜਾ ਰਹੇ ਨਵੇਂ ਕਿਰਤ ਨਿਯਮਾਂ ਦੇ ਮੁਤਾਬਕ ਕੰਪਨੀਆਂ ਨੂੰ ਜਲਦੀ ਹੀ 40 ਤੋਂ 40 ਸਾਲ ਤੋਂ ਵੱਧ ਉਮਰ ਦੇ ਸਾਰੇ ਮੁਲਾਜ਼ਮਾਂ ਦੀ ਸਿਹਤ ਜਾਂਚ ਕਰਵਾਉਣੀ ਹੋਵੇਗੀ ਕਿਰਤ ਮੰਤਰਾਲੇ ਦੇ ਅਧਿਕਾਰੀਆਂ ਦੇ ਵੱਲੋਂ ਪ੍ਰਸਤਾਵਿਤ ਨਿਯਮਾਂ ਦੇ ਖਰੜੇ ਜੁਕਿਆ ਗਿਆ ਕਿ ਕੈਲੰਡਰ ਸ਼ੁਰੂ ਹੋਣ ਦੇ 90 ਦਿਨਾਂ ਦੇ ਅੰਦਰ-ਅੰਦਰ 40 ਸਾਲ ਦੇ ਸਾਰੇ ਮੁਲਾਜ਼ਮਾਂ ਨੂੰ ਕੰਪਨੀਆਂ ਨੂੰ ਸਾਲਾਨਾ ਮੁਫਤ ਸਿਹਤ ਜਾਂਚ ਦਾ ਪ੍ਰਬੰਧ ਕਰਨਾ ਹੋਵੇਗਾ ਇਹ ਪ੍ਰਸਤਾਵ ਨਿਜਮ ਕਿਤਾ ਮੁਖੀ ਸੁਰੱਖਿਆ ਸਿਹਤ ਅਤੇ ਕੰਮਕਾਜ ਦੀ ਸਥਿਤੀ ਨਿਜ਼ਮ 2020 ਦਾ ਹਿੱਸਾ ਹੋਵੇਗਾ ਤੇ ਸਾਰੇ ਕਾਰਖਾਨਿਆਂ ਖਾਣਾ ਅਤੇ ਨਿਰਮਾਣ ਫਾਰਮਾਂ ਤੇ ਲਾਗੂ ਹੋਵੇਗਾ ਇਸ ਨੂੰ ਜਲਦੀ ਹੀ ਪ੍ਰਤੀਕਿਰਿਆ ਤੇ ਟਿੱਪਣੀਆਂ ਦੇ ਲਈ ਜਨਤਕ ਕੀਤਾ ਜਾਵੇਗਾ ਕਿਰਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਲਾਜ਼ਮਾਂ ਦੀ ਸਿਹਤ ਜਾਂਚ ਸਿਖਲਾਈ ਪ੍ਰਾਪਤ ਮੈਡੀਕਲ ਪੇਸ਼ੇਵਾਰਾਂ ਦੇ ਕੋਲੋਂ ਕੀਤੀ ਜਾਵੇਗੀ ਤੇ ਜਾਂਚ ਤੋਂ ਬਾਅਦ ਮੈਡੀਕਲ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ ਦਿੱਲੀ ਹਾਈ ਕੋਰਟ ਨੇ ਨੈਸ਼ਨਲ ਮੀਡੀਆ ਤੇ ਕੀਤੀ ਟਿੱਪਣੀ ਕਿਹਾ ਪ੍ਰੈਸ ਤੋਂ ਡਰੇ ਹੋਏ ਨੇ ਲੋਕ ਇਸ ਤੋਂ ਜ਼ਿਆਦਾ ਵਧੀਆ ਸੀ ਦੂਰਦਰਸ਼ਨ ਤੋਂ ਵੱਡੀ ਖਬਰ ਹੈ ਜੀ ਖਬਰ ਵੱਲ ਰੁੱਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਦਿੱਲੀ ਹਾਈ ਕੋਰਟ ਨੇ ਅੱਜ ਨਿਊਜ਼ ਚੈਨਲਾਂ ਦੀ ਖਬਰਾਂ ਦੀ ਰਿਪੋਰਟਿੰਗ ਦੇ ਮਿਆਰ ਨੂੰ ਸੁਧਾਰਨ ਲਈ ਕਿਹਾ ਹੈ ਅਦਾਲਤ ਨੇ ਕਿਹਾ ਹੈ ਕਿ ਲੋਕ ਪ੍ਰੈਸ ਤੋਂ ਡਰੇ ਹੋਏ ਹਨ ਤੇ ਦੂਰਦਰਸ਼ਨ ਦੇ ਯੋਗ ਵੀ ਇਸ ਤੋਂ ਕਿਤੇ ਜ਼ਿਆਦਾ ਵਧੀਆ ਸਨ ਜਸਟਿਸ ਰਜੀਵ ਸ਼ਕਤਰ ਨੇ ਕਿਹਾ ਕਿ ਲੋਕਾਂ ਦੇ ਵਿੱਚ ਪ੍ਰੈਸ ਦੇ ਬਾਰੇ ਬਹੁਤ ਡਰ ਫੈਲ ਗਿਆ ਹੈ ਇੱਥੋਂ ਤੱਕ ਕਿ ਜੇ ਵੱਡੀਆਂ ਸ਼ਖਸੀਅਤਾਂ ਨਿੱਜਤਾ ਦੇ ਮੁੱਦੇ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਤਾਂ ਤਾਂ ਵੀ ਤੁਸੀਂ ਨਿਊਜ਼ ਚੈਨਲ ਉਹਨਾਂ ਨੂੰ ਨਿੱਜੀ ਜ਼ਿੰਦਗੀ ਨੂੰ ਜਨਤਕ ਖੇਤਰ ਦੇ ਵਿੱਚ ਨਹੀਂ ਖਿੱਚ ਸਕਦੇ ਸਾਨੂੰ ਅਦੇਹਾ ਲੱਗਦਾ ਹੈ ਕਿ ਬਲੈਕ ਐਂਡ ਵਾਈਟ ਦੂਰਦਰਸ਼ਨ ਦਾ ਦੌਰ ਬਹੁਤ ਵਧੀਆ ਸੀ ਅੱਜਕੱਲ ਦੀ ਜਿਸ ਤਰ੍ਹਾਂ ਦੀ ਰਿਪੋਰਟਿੰਗ ਕੀਤੀ ਜਾ ਰਹੀ ਆ ਅਦਾਲਤ ਨੇ ਨਿਊਜ਼ ਚੈਨਲਾਂ ਨੂੰ ਇਸ ਨੂੰ ਬਦਲਣ ਦੇ ਢੰਗ ਦੇ ਤਰੀਕੇ ਬਾਰੇ ਸਵਾਲ ਕੀਤਾ ਅਦਾਲਤ ਨੇ ਪੁੱਛਿਆ ਇਥੋਂ ਤੱਕ ਕਿ ਹੁਨਰਮੰਦ ਅਤੇ ਪੜੇ ਲਿਖੇ ਦਿਮਾਗ ਵਾਲੇ ਵੀ ਅਜਿਹੀਆਂ ਗਲਤ ਰਿਪੋਰਟਾਂ ਤੋਂ ਪ੍ਰਭਾਵਿਤ ਹੁੰਦੇ ਹਨ ਕਿ ਤੁਸੀਂ ਸਾਨੂੰ ਦੱਸ ਸਕਦੇ ਹੋ ਕੀ ਹਾਲਤ ਹੈ ਕਿਵੇਂ ਕਰਨਾ ਚਾਹੀਦਾ ਹੈ ਏ ਬੀ ਵੀ ਕੇ ਯਾ ਅਟਲ ਬੀਮਿਤ ਵਿਅਕਤ ਕਲਿਆਣ ਯੋਜਨਾ ਦੇ ਬਦਲ ਗਏ ਹਨ ਨਿਜਮ ਇਸ ਤਰ੍ਹਾਂ ਕਰੋ ਅਪਲਾਈ ਕਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਬੇਰੋਜ਼ਗਾਰ ਹੋਏ ਲੋਕਾਂ ਨੂੰ ਰਾਹਤ ਦੇਣ ਦੇ ਲਈ ਕੇਂਦਰ ਸਰਕਾਰ ਨੇ ਏ ਬੀ ਵੀ ਕੇ ਯਾ ਦਾ ਐਲਾਨ ਕੀਤਾ ਸੀ ਕਰੋਨਾ ਵਾਇਰਸ ਸੰਕਟ ਦੇ ਮਿਆਰੀ ਮਿਆਦ ਦੇ ਦੌਰਾਨ ਨੌਕਰੀ ਗਵਾਉਣ ਵਾਲੇ ਕਰਮਚਾਰੀ ਸੂਬਾ ਨਿਬੀਮਾ ਨਿਗਮ ਰਾਹੀਂ ਤਿੰਨ ਕਰਮਚਾਰੀ ਸੂਬਾ ਨਿਗਮਤ ਰਾਹੀਂ ਤਿੰਨ ਮਹੀਨੇ ਦੀ ਮਿਆਦ ਲਈ ਅੱਧੀ ਤਨਖਾਹ ਪ੍ਰਦਾਨ ਕੀਤੀ ਜਾਣੀ ਸੀ ਹੁਣ ਸਰਕਾਰ ਨੇ ਇਸ ਯੋਜਨਾ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਣ ਦੇ ਲਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦੇ ਤਹਿਤ ਇਹ ਦਾਵਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਕਿ ਜ਼ਰੂਰੀ ਦਸਤਾਵੇਜ਼ਾਂ ਦੀ ਕਾਪੀ ਸਕੈਨ ਦੇ ਨਾਲ ਆਨਲਾਈਨ ਅਪਲਾਈ ਕੀਤੀ ਜਾ ਸਕਦੀ ਹੈ ਪੀ ਆਈ ਬੀ ਨੇ ਲਿਖਿਆ ਕਿ ਕਰਮਚਾਰੀ ਸੂਬਾ ਬੀਮਾ ਨਿਗਮ ए ਬੀ ਵਾਈ ਕੇ ਵਾਈ ਦੇ ਤਹਿਤ ਐਫੀਡੇਵਿਟ ਦੀ ਜ਼ਰੂਰਤ ਵੀ ਨਹੀਂ ਹੋਵੇਗੀ ਜ਼ਰੂਰੀ ਦਸਤਾਵੇਜ਼ਾਂ ਨੂੰ ਹੁਣ ਸਿਰਫ ਆਨਲਾਈਨ ਸਕੈਨ ਕੀਤਾ ਜਾ ਸਕਦਾ ਤੇ ਸਿਰਫ ਇੱਕ ਵਾਰ ਚੁੱਕ ਸਕਦੇ ਹੋ ਇਸ ਸਕੀਮ ਦਾ ਲਾਭ ਸੋ ਵਿਅਕਤੀ ਨੂੰ ਇਸ ਫਾਰਮ ਨੂੰ ਭਰ ਕੇ ਕਰਮਚਾਰੀ ਸੂਬਾ ਬੀਮਾ ਨਿਗਮ ਦੀ ਸ਼ਾਖਾ ਦੇ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ਇਸ ਲਈ ਆਨਲਾਈਨ ਸਹੂਲਤ ਨਹੀਂ ਹੈ ਪਰ ਜਲਦੀ ਸ਼ੁਰੂ ਹੋ ਜਾਵੇਗੀ ਫਗਵਾੜਾ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਤੇ ਸਾਥੀਆਂ ਨੂੰ ਲਿਆ ਹਿਰਾਸਤ ਦੇ ਵਿੱਚ ਫਗਵਾੜਾ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਦੇ ਘਰ ਪਹੁੰਚਣ ਵਿੱਚ ਕਾਮਯਾਬ ਹੋ ਗਏ ਫਗਵਾੜਾ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਤੇ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਫਗਵਾੜਾ ਦੇ ਵਿਧਾਇਕ ਬਲਜ ਬਲਵਿੰਦਰ ਸਿੰਘ ਢਾਲੀਵਾਲ ਦੀ ਰਿਹائش ਦਾ ਘਰਾਉ ਕਰਨ ਤੋਂ ਰੋਕਣ ਦੇ ਵਿਰੋਧ ਦੇ ਵਿੱਚ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਬਾਈਪਾਸ ਤੇ ਧਰਨਾ ਲਾਇਆ ਹੈ ਸੁਪਨੇ ਵਿੱਚ ਦਿਸਿਆ ਸੋਨੇ ਦਾ ਖੱਡਾ ਅਨ ਵਿਸ਼ਵਾਸ ਚ ਆ ਕੇ ਪੁੱਟ ਸੁੱਟਿਆ ਸਾਰਾ ਕਰ ਵੱਡੀ ਖਬਰ ਆ ਜੀ ਪਰ ਖਬਰ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੀ ਜੀ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਆਪਾਂ ਇਸ ਵੀਡੀਓ ਤੇ 2000 ਦਾ ਲਾਈਕ Aim ਤੇ 1500 ਦਾ ਸ਼ੇਅਰ Aim ਰੱਖਦੇ ਆ ਛੇਤੀ ਛੇਤੀ ਸਰੋਤੇ ਵੀਰ ਕਰ ਦੇਣਾ ਉੱਤਰ ਪ੍ਰਦੇਸ਼ ਦੀ ਰਾਜਸਤਾਨੀ ਲਖਣ ਦੇ ਵਿੱਚ ਅੰਧਵਿਸ਼ਵਾਸ ਦਾ ਇੱਕ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਨੌਜਵਾਨ ਨੇ ਅੰਧਵਿਸ਼ਵਾਸ ਦੇ ਕਾਰਨ ਆਪਣੇ ਭਰਾ ਦਾ ਘਰ ਪੁੱਟ ਸੁੱਟਿਆ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਤਾ ਤਾਂ ਪੁਲਿਸ ਵੀ ਜਵਾਬ ਸੁਣ ਕੇ ਹੈਰਾਨ ਹੋ ਗਈ ਮੁਲਜ਼ਮ ਨੇ ਦੱਸਿਆ ਕਿ ਰਾਤ ਨੂੰ ਉਸ ਨੂੰ ਸੁਪਨਾ ਆਇਆ ਕਿ ਉਸ ਦੇ ਘਰ ਵਿੱਚ ਸੋਨੇ ਦੇ ਘੜੇ ਜਿਹੜੇ ਪਏ ਹੋਏ ਹਨ ਜਿਸ ਤੋਂ ਬਾਅਦ ਉਸ ਨੇ ਆਪਣੇ ਚਾਰ ਦੋਸਤਾਂ ਦੇ ਨਾਲ ਭਰਾ ਦੇ ਪੂਰੇ ਘਰ ਨੂੰ ਪੱਟ ਸੁੱਟਿਆ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ CBSE ਨੇ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆ ਪੈਟਰਨ ਚੁ ਕੀਤੀ ਤਬਦੀਲੀ ਵਾਇਰਸ ਕਰਨ ਸਕੂਲ ਕਾਲਜ ਕਾਫੀ ਸਮੇਂ ਤੋਂ ਬੰਦ ਹਨ ਇਸ ਦੇ ਚੱਲਦੇ ਹੋਏ ਅੱਜ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆ ਪੈਟਰਨ ਦੇ ਵਿੱਚ ਤਬਦੀਲੀ ਕੀਤੀ ਹੈ ਜਿੰਨਾ ਸਟੂਡੈਂਟਸ ਨੇ ਇਸ ਸੈਸ਼ਨ ਦੇ ਵਿੱਚ ਬਦਲਾਅ ਵੇਖਣਾ ਉਹ CBSE ਦੀ ਵੈਬਸਾਈਟ ਤੇ ਜਾਓ ਇਹ ਤਬਦੀਲੀ ਇਸੇ ਸੈਸ਼ਨ ਪੱਵ ਵਿਦਿਅਕ ਸੈਸ਼ਨ 2020 ਤੇ 2021 ਦੇ ਵਿੱਚ ਲਾਗੂ ਹੋਵੇਗੀ ਪ੍ਰੀਖਿਆ ਦੇ ਪੈਟਰਨ ਦੇ ਵਿੱਚ ਤਬਦੀਲੀ ਸੈਂਪਲ ਪੇਪਰ ਤੋਂ ਚੈੱਕ ਕੀਤੀ ਜਾ ਸਕਦੀ ਹੈ ਇਹ ਸੈਂਪਲ ਪੇਪਰ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਮੌਜੂਦ ਹੈ CBSE 10ਵੀਂ ਦੇ ਹਿੰਦੀ ਦੇ ਵਿਸ਼ੇ ਵਿੱਚ ਹੁਣ ਸਿਰਫ ਦੋ ਹੀ ਸੈਕਸ਼ਨਾਂ ਵਿੱਚ ਪ੍ਰਸ਼ਨ ਹੋਣਗੇ ਪਹਿਲੇ ਸੈਕਸ਼ਨ ਵਿੱਚ ਸਿਰਫ ਆਬਜੈਕਟਿਵ ਟਾਈਪ ਪ੍ਰਸ਼ਨ ਹੋਣਗੇ ਜਦਕਿ ਦੂਜੇ ਸੈਕਸ਼ਨ ਦੇ ਵਿੱਚ ਛੋਟੇ ਅਤੇ ਲੰਬੇ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ ਸਰਕਾਰੀ ਜ਼ਮੀਨਾਂ ਤੇ ਖੇਤੀ ਕਰਦੇ ਅਤੇ ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਸੋ ਪੰਜਾਬ ਭਰ ਦੇ ਵਿੱਚ ਸਰਕਾਰੀ ਜ਼ਮੀਨਾਂ ਤੇ ਖੇਤੀ ਕਰਦੇ ਅਤੇ ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਕੈਪਟਨ ਸਰਕਾਰ ਨੇ ਮਾਲਕੀ ਦੇ ਹੱਕ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਅੱਜ ਫਰੂਜ਼ਪੁਰ ਸ਼ੌਣੀ ਦੇ ਵਿੱਚ ਵਿਧਾਇਕ ਪਰਵਿੰਦਰ ਸਿੰਘ ਪਿੰਕੀ ਦੇ ਨਿਵਾਸ ਵਿੱਚ ਗੱਲਬਾਤ ਕਰਦਾ ਦਿੱਤੀ ਕੈਬਨਿਟ ਮੰਤਰੀ ਦੰਦਾਵਾ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਕਿਸਾਨਾਂ ਤੇ ਗਰੀਬ ਲੋਕਾਂ ਨੂੰ ਮਾਲਕੀ ਦੇ ਅਧਿਕਾਰ ਮਿਲਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਹੱਦੀ ਜ਼ਿਲ੍ਹਿਆਂ ਚੋਂ ਸਰਕਾਰੀ ਜ਼ਮੀਨਾਂ ਤੇ ਖੇਤੀ ਕਰਦੇ ਲੋਕਾਂ ਨੂੰ ਇਹ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਹੈ ਤੇ ਅਕਾਲੀ ਭਾਜਪਾ ਦੀ ਸਰਕਾਰ ਲੋਕਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕਰ ਸਕੀ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਜ਼ਮੀਨਾਂ ਦਾ ਜੋ ਵੀ ਮੁੱਲ ਤੈਅ ਕੀਤਾ ਉਹ ਪੈਸਾ ਕਿਸ਼ਤਾਂ ਦੇ ਵਿੱਚ ਲੈ ਕੇ ਜ਼ਮੀਨ ਦੀ ਰਜਿਸਟਰੀ ਕਰਕੇ ਦੇਵੇਗੀ ਉਸ ਨੂੰ ਸਰਟੀਫਿਕੇਟ ਵੀ ਸੌਂਪੇਗੀ ਸੁਖਜਿੰਦਰ ਰੰਦਾਵਾ ਤੇ ਫਿਰੋਜ਼ਪੁਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਲਏ ਗਏ ਫੈਸਲੇ ਨੂੰ ਇਤਿਹਾਸਿਕ ਦੱਸਦਿਆਂ ਕਿਹਾ ਕਿ ਹੁਣ ਲਾਲ ਲਲਕੀਰ ਦੇ ਅੰਦਰ ਜਿਹੜੇ ਲੋਕ ਆਪਣੇ ਘਰ ਬਣਾਏ ਹਨ ਪੰਜਾਬ ਸਰਕਾਰ ਉਹਨਾਂ ਨੂੰ ਕਰਾਂ ਦੀਆਂ ਰਜਿਸਟਰੀਆਂ ਦੇਵੇਗੀ ਜਿਸ ਨਾਲ ਉਹ ਬੈਂਕਾਂ ਤੋਂ ਕਰਜ਼ਾ ਤੇ ਹੋਰ ਸਹੂਲਤਾ ਲੈ ਸਕਣਗੇ ਕਿਸਾਨ ਹੁਣ ਸਰਕਾਰ ਤੋਂ 36000 ਰੁਪਏ ਹੋਰ ਲੈਣ ਦੇ ਹੱਕਦਾਰ ਇੰਜ ਉਠਾਓ ਲਾਭ ਪੀਐਮ ਕਿਸਾਨ ਸਮਾਨ ਨidhi ਯੋਜਨਾ ਦੇ ਜੇਕਰ ਤੁਸੀਂ ਲਾਭਪਾਤਰੀ ਹੋ ਤਾਂ ਤੁਹਾਨੂੰ ਕੇਂਦਰ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਤੇ ਪੀਐਮ ਕਿਸਾਨ ਮਾਨਤਨ ਯੋਜਨਾ ਦਾ ਵੀ ਲਾਭ ਦੇਵੇਗੀ ਮਾਨਤਨ ਯੋਜਨਾ ਦੇ ਲਈ ਕੋਈ ਦਸਤਾਵੇਜ਼ ਨਹੀਂ ਦੇਣਾ ਹੋਵੇਗਾ ਉਹੀ ਯੋਜਨਾ ਹੈ ਜਿਸ ਨਾਲ ਜੁੜ ਕੇ ਤੁਸੀਂ ਜੇਬ ਦੇ ਵਿੱਚੋਂ ਕੁਝ ਵੀ ਖਰਚ ਕੀਤੇ ਬਿਨਾ 36000 ਰੁਪਏ ਸਾਲਾਨਾ ਲੈਣ ਦੇ ਹੱਕਦਾਰ ਹੋ ਜਾਵੋਗੇ ਦੋਸਤੋ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ 'ਚੋਂ ਯੈਸ ਜ਼ਰੂਰ ਲਿਖੋ ਜਦਕਿ ਪੀਐਮ ਕਿਸਾਨ ਸਕੀਮ ਦੇ ਨਾਲ ਹੁਣ ਤੁਸੀਂ ਕਿਸਾਨ ਕ੍ਰੈਡਿਟ ਕਾਰਡ ਨੂੰ ਵੀ ਜੋੜ ਦਿੱਤਾ ਗਿਆ ਹੈ ਤੇ ਪੀਐਮ ਕਿਸਾਨ ਦੇ ਲਾਭਪਾਤਰੀਆਂ ਦੇ ਲਈ ਕੇਸੀਸੀ ਬਣਵਾਉਣਾ ਆਸਾਨ ਹੋ ਗਿਆ ਹੈ ਪੀਐਮ ਕਿਸਾਨ ਮਾਨਤਾ ਨਿਯੋਜਨਾ ਦੇ ਅਧੀਨ ਛੋਟੇ ਤੇ ਹਾਸ਼ੀਏ ਤੇ ਪੁੱਜ ਚੁੱਕੇ ਕਿਸਾਨਾਂ ਨੂੰ ਹਰ ਮਹੀਨੇ ਪੈਨਸ਼ਨ ਦੇਣ ਦੀ ਯੋਜਨਾ ਇਸ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3000 ਰੁਪਏ ਪਾ 36000 ਰੁਪਏ ਸਾਲਾਨਾ ਪੈਨਸ਼ਨ ਦਿੱਤੀ ਜਾਂਦੀ ਹੈ ਪੀਐਮ ਕਿਸਾਨ ਸਕੀਮ ਤੋਂ ਪ੍ਰਾਪਤ ਲਾਭ ਦੇ ਵਿੱਚੋਂ ਸਿੱਧੇ ਹੀ ਅਨਛਦਾਨ ਕਰਨ ਦਾ ਵਿਕਲਪ ਚੁਣਦੀ ਛੋਟਾ ਇਸ ਤਰ੍ਹਾਂ ਕਿਸਾਨ ਨੂੰ ਸਿੱਧਾ ਆਪਣੀ ਜੇਬ ਦੇ ਵਿੱਚੋਂ ਕੁਝ ਵੀ ਖਰਚ ਕਰਨ ਦੀ ਲੋੜ ਨਹੀਂ ਕਿਸਾਨਾਂ ਨੂੰ 36000 ਰੁਪਏ ਸਾਲਾਨਾ ਵੀ ਮਿਲਣਗੇ ਤੇ ਤਿੰਨ ਤਿੰਨ ਕਿਸ਼ਤਾਂ ਵੱਖਰੀਆਂ ਇਸ ਯੋਜਨਾ ਦੇ ਅਧੀਨ 2 ਲੱਖ ਰੁਪਏ ਦਾ ਕਰਜ਼ਾ ਵੀ ਮਿਲ ਸਕਦਾ ਹੈ ਖੇਤੀਬਾੜੀ ਮਸ਼ੂਪਾਲਣ ਤੇ ਮੱਛੀਪਾਲਣ ਦੇ ਨਾਲ ਜੁੜਿਆ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਹੋਰ ਦੀ ਜ਼ਮੀਨ ਉੱਤੇ ਖੇਤੀ ਕਰਦਾ ਹੋਵੇ ਇਸ ਦਾ ਲਾਭ ਲੈ ਸਕਦਾ ਹੈ ਘਟੋਕਾ ਟੂਮਰ 18 ਸਾਲ ਤੇ ਵੱਧ ਤੋਂ ਵੱਧ 75 ਸਾਲ ਹੋਣੀ ਚਾਹੀਦੀ ਹੈ ਦੇਸ਼ ਦੇ ਇਹਨਾਂ ਰਾਜਾਂ 'ਚ ਪਟਾਕਿਆਂ ਤੇ ਲੱਗੀ ਪਾਬੰਦੀ ਦੇਖੋ ਸੂਬਿਆਂ ਦੀ ਲਿਸਟ 'ਸੋ ਦੇਸ਼ ਦੇ ਕਈ ਰਾਜਾਂ ਦੇ ਵਿੱਚ ਹਵਾ ਪ੍ਰਦੂਸ਼ਣ ਜ਼ਿਆਦਾ ਵਾਧ ਰਿਹਾ ਹੈ ਕੁਝ ਸਮਾਂ ਪਹਿਲਾਂ ਹੀ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਦਿੱਲੀ ਐਮਸੀਆਰ ਦੇ ਵਿੱਚ 9 ਨਵੰਬਰ ਤੋਂ 30 ਨਵੰਬਰ ਦੀ ਦੇਰ ਰਾਤ ਤੱਕ ਪਟਾਕੇ ਚਲਾਉਣ ਤੇ ਪਟਾਕਿਆਂ ਦੀ ਵਿਕਰੀ ਤੇ ਪੂਰਨ ਪਾਬੰਦੀ ਲਾ ਦਿੱਤੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਅੱਜ ਇੱਕ ਤਾਜ਼ਾ ਆਦੇਸ਼ ਜਾਰੀ ਕੀਤਾ ਹੈ ਦਿੱਲੀ ਸਣੇ ਇਹਨਾਂ ਰਾਜਾਂ ਦੇ ਵਿੱਚ ਪਟਾਕੇ ਚਲਾਉਣ ਤੇ ਪਾਬੰਦੀ ਲਾਈ ਗਈ ਹੈ ਜੀ ਦਿੱਲੀ ਹਰਿਆਣਾ ਕਰਨਾਟਕ ਮਹਾਰਾਸ਼ਟਰ ਪੱਛਮੀ ਬੰਗਾਲ ਰਾਜਸਥਾਨ ਉੜੀਸਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਲੋਕ ਦੁੱਖ ਤਕਲੀਫਾਂ ਝੱਲ ਲੈਣਗੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਖਿਲਾਫ 40ਵੇਂ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਬਲਾਕ ਦਿੜਬਾ ਦੇ ਪ੍ਰਧਾਨ ਦਰਸ਼ਨ ਸਿੰਘ ਸਾਦੀ ਹੀਰ ਹਰੀਨ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਰਿਲਾਇੰਸ ਟੀਲ ਸਪਲਾਈ ਦੀਪੂ ਦਾ ਘਰਾਵ ਕਰਕੇ ਪੱਕਾ ਮੋਰਚਾ ਜਾਰੀ ਰੱਖਿਆ ਇਸ ਮੌਕੇ ਬੋਲਦਿਆਂ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਹੈ ਤੇ ਮੋਦੀ ਸਰਕਾਰ ਲੋਕ ਮਾਰੂ ਕਾਨੂੰਨ ਬਣਾ ਰਹੀ ਆ ਪੰਜਾਬ ਦੇ ਲੋਕ ਦੁੱਖ ਤੇ ਤਕਲੀਫਾਂ ਝੱਲ ਲੈਣਗੇ ਪਰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਨਹੀਂ ਲਾਗੂ ਹੋਣ ਦੇਣਗੇ ਛੋਟੇ ਕਾਰੋਬਾਰੀਆਂ ਦੇ ਲਈ ਖੁਸ਼ਖਬਰੀ ਹੁਣ ਬਿਨਾ ਕਿਸੇ ਗਾਰੰਟੀ ਦੇ ਪੇਟੀਐਮ ਦੇਵੇਗਾ 5 ਲੱਖ ਦਾ ਲੋਨ ਇਸ ਵੇਲੇ ਦੀ ਵੱਡੀ ਖਬਰ ਹੈ ਜੇਕਰ ਚਾਹੀਦਾ ਤਾਂ ਕਮੈਂਟ ਸੈਕਸ਼ਨ ਚ ਯੈਸ ਜ਼ਰੂਰ ਲਿਖੋ ਦੇਸ਼ ਦੀ ਸਭ ਤੋਂ ਵੱਡੀ ਆਦਾਇਗੀ ਐਪ ਵਪਾਰੀ ਨੂੰ ਉਧਾਰ ਦੇਣ ਵਾਲੇ ਕਾਰੋਬਾਰ ਵਿੱਚ ਆਪਣੀ ਪਕੜ ਨੂੰ ਮਜ਼ਬੂਤ ਕਰਨ ਲਈ ਕਦਮ ਕਰ ਰਹੀ ਹੈ ਪੇਟੀਐਮ ਮਾਰਚ 2021 ਤੱਕ ਐਮ ਐਸ ਐਮ ای ਜੀ ਨੂੰ ਹਜ਼ਾਰ ਕਰੋੜ ਰੁਪਏ ਦਾ ਕਰਜ਼ ਦੇਣ ਦੀ ਯੋਜਨਾ ਬਣਾ ਰਹੀ ਹੈ ਪੇਟੀਅਮ ਇਹਨਾਂ ਉਦਮੀਆਂ ਨੂੰ ਲੋਨ ਦੇਵੇਗੀ ਜਿਨ੍ਹਾਂ ਨੂੰ ਨਿਯਮਤ ਬੈਂਕ ਤੋਂ ਰੁਜ਼ਗਾਰ ਸ਼ੁਰੂ ਕਰਨ ਲਈ ਲੋਨ ਨਹੀਂ ਮਿਲਦਾ ਪੇਟੀਅਮ ਨੇ ਵਿੱਤੀ ਸਾਲ 2019 ਅਤੇ 2020 ਦੇ ਵਿੱਚ 550 ਕਰੋੜ ਰੁਪਏ ਦਾ ਲੋਨ ਦੇ ਵੱਜੋਂ ਪ੍ਰਦਾਨ ਕੀਤੇ ਸਨ ਇਸ ਵਾਰ ਕੰਪਨੀ ਇਸ ਰਕਮ ਨੂੰ ਹਜ਼ਾਰ ਕਰੋੜ ਰੁਪਏ ਕਰ ਰਹੀ ਹੈ ਤੇ ਪੇਟੀਅਮ ਦੇ ਵਿਰੋਧੀ Google Pay ਅਤੇ PhonePe ਨੇ ਵੀ ਵਪਾਰੀ ਨੂੰ ਉਧਾਰ ਦੇਣ ਦੇ ਖੇਤਰ ਵਿੱਚ ਤਰੱਕੀ ਕੀਤੀ ਹੈ ਜੋ ਕਿ ਇੱਕ ਲਾਇਸੈਂਸ ਬੈਂਕ ਅਤੇ NBFC ਦੇ ਨਾਲ ਹੈ ਤੇ ਛੋਟੇ ਵਪਾਰੀਆਂ ਨੂੰ ਕਰਜ਼ਾ ਦੇ ਰਹੀ ਇਸ ਦਾ ਮੁਕਾਬਲਾ ਕਰਨ ਲਈ Paytm ਨੇ MSME ਲਈ ਲੋਨ ਦੀ ਰਕਮ ਵਧਾ ਦਿੱਤੀ ਹੈ Paytm ਉਧਾਰ ਦੇਣ ਵਾਲੇ CEO ਭਵੇਸ਼ ਗੁਪਤਾ ਨੇ ਕਿਹਾ ਕਿ ਕੰਪਨੀ ਬਿਨਾਂ ਕਿਸੇ ਗਰੰਟੀ ਤੋਂ ਬਹੁਤ ਹੀ ਘੱਟ ਵਿਆਜ ਦਰ ਤੇ ਛੋਟੇ ਵਪਾਰੀਆਂ ਨੂੰ 5 ਲੱਖ ਰੁਪਏ ਤੱਕ ਦੇ ਜਮਾਨਦਰੂ ਮੁਕਤ ਤਤਕਾਲ ਕਰਜ਼ੇ ਦੀ ਪੇਸ਼ਕਸ਼ ਕਰੇਗੀ ਉਹਨਾਂ ਨੇ ਕਿਹਾ ਕਿ ਕੰਪਨੀ ਆਪਣੇ ਵਪਾਰੀ ਉਦਾਰ ਪ੍ਰੋਗਰਾਮ ਦੇ ਤਹਿਤ Paytm Business App ਦੇ ਉੱਤੇ ਗਾਹਕਾਂ ਨੂੰ ਜਮਾਂਦਰੂ ਮੁਕਤ ਤੁਰੰਤ ਕਰਜ਼ੇ ਪ੍ਰਦਾਨ ਕਰੇਗੀ Paytm Business App ਦੇ ਐਲਗੋਰਿਦਮ ਦਾ ਇਹ ਫੈਸਲਾ ਕਰੇਗਾ ਕਿ ਕਿਹੜੇ ਲੋਕਾਂ ਨੇ ਕਰਜ਼ਾ ਲੈਣ ਦੇ ਯੋਗ ਹਨ ਕੌਣ ਨਹੀਂ ਇਸ ਐਪ ਦਾ ਐਲਗੋਰਿਦਮ ਦਾ ਇਹ ਫੈਸਲਾ ਕਰਦਾ ਹੈ ਕਿ ਰਿਣਦਾਤਾ Paytm ਤੇ ਵਪਾਰੀ ਦੁਆਰਾ ਕੀਤੀ ਬੰਦੋਬਸਤ ਤੇ ਆਧਾਰ ਤੇ ਕਰਜ਼ਾ ਵਾਪਸ ਕਰਨ ਦੇ ਯੋਗ ਹੈ ਜਾਂ ਨਹੀਂ ਅਸੀਂ ਤਾਂ ਵੋਟਾਂ ਮੰਗਣ ਵਾਲੇ ਹਾਂ ਐਵੇਂ ਪੰਗੇ ਹੀ ਲੈ ਲਿਆ ਮੈਂ ਤਾਂ ਆ ਕੇ ਭਾਸ਼ਾ ਵਿਭਾਗ ਦੇ ਸਮਾਗਮ ਚ ਬੋਲੇ ਕੈਬਨਟ ਮੰਤਰੀ ਪੰਜਾਬ ਦੇ ਜੰਗਲਾਤ ਸਿਪਾਈ ਤੇ ਲਿਖਣ ਸਮਗਰੀ ਅਤੇ ਸਮਾਜਿਕ ਨਿਆ ਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੂਤ ਨੇ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਖਜ਼ਾਨੇ ਨੂੰ ਸੰਭਾਲਣ ਦੇ ਵਿੱਚ ਭਾਸ਼ਾ ਵਿਭਾਗ ਦੇ ਵੱਲੋਂ ਪਾਏ ਯੋਗਦਾਨ ਨੂੰ ਅਹਿਮ ਦੱਸਿਆ ਇੱਥੇ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਵਿਭਾਗ ਵੱਲੋਂ ਪੰਜਾਬੀ ਹਫ਼ਤੇ ਦੌਰਾਨ ਮਰਹੂਮ ਕਵਿਤਰੀ ਅਮਰਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕਰਨ ਪੁੱਜੇ ਕੈਬਨਟ ਮੰਤਰੀ ਨੇ ਕਿਹਾ ਅਸੀਂ ਤਾਂ ਵੋਟਾਂ ਮੰਗਣ ਵਾਲੇ ਹਾਂ ਐਵੇਂ ਪੰਗਾ ਹੀ ਲੈ ਲਿਆ ਮੈਂ ਤਾਂ ਆ ਕੇ ਕਵੀ ਦਵਾਰ ਨੂੰ ਸਬੋਧਨ ਕਰ ਦਿਆ ਪੰਜਾਬ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਅਹਿਮ ਕਦਮ ਚੁੱਕਣ ਵਾਲੇ ਅਧਿਕਾਰੀਆਂ ਦਾ ਸਨਮਾਨ ਅਤੇ ਵਿਭਾਗ ਨੂੰ ਚਲਾਉਣ ਲਈ ਫੰਡਾਂ ਦੀ ਲੋੜ ਹੁੰਦੀ ਆ ਉਹ ਭਾਜਾ ਵਿਭਾਗ ਦੀ ਸਥਿਤੀ ਤੋਂ ਵੀ ਜਾਣੂ ਹਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਤਰੀ ਧਰਮਸੂਤ ਨੇ ਕਿਹਾ ਜੇਕਰ ਵਿਭਾਗ ਪੰਜਾਬ ਸਰਕਾਰ ਤੋਂ ਮੰਗ ਕਰੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਪਹਿਲਾਂ ਵੀ ਕਈ ਵਾਰ ਫੰਡਾਂ ਦੀ ਘਾਟ ਦੇ ਬਾਰੇ ਲਿਖਤੀ ਸਰਕਾਰ ਨੂੰ ਭੇਜਨ ਤੇ ਸਵਾਲ ਦੇ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਹਾਲੇ ਲਿਖਤੀ ਕੋਈ ਨਹੀਂ ਮੰਗਿਆ ਗਿਆ ਭਾਸ਼ਾ ਵਿਭਾਗ ਦੇ ਵਿੜੇ ਵਿੱਚ ਲੇਖਕਾਂ ਦੇ ਬਣੇ ਸਾਹਿਤ ਸਦਨ ਨੂੰ ਹੋਰ ਵਿਭਾਗ ਦਾ ਹਵਾਲਾ ਦੇ ਕੇ ਬਾਦ ਦੇ ਵਿੱਚ ਸਰਕਾਰੀ ਹੁਕਮਤ ਤੇ ਲੇਖਕਾਂ ਲਈ ਖਾਲੀ ਨਾਂ ਹੋਣ ਦੇ ਸਵਾਲ ਤੇ ਉਹਨਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਾ ਆਇਆ ਤੇ ਆਪਣਾ ਪੱਲਾ ਝਾੜ ਲਿਆ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਰਤਾਰਪੁਰ ਕਾਰਿਡੋਰ ਖੋਲਣ ਦੀ ਚੁੱਕੀ ਮੰਗ ਸ਼੍ਰੀ ਅਕਾਲਪੁਰ ਅਕਸ਼ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਇੱਕ ਸਾਲ ਬੀਤ ਜਾਣ ਤੇ ਪਰ ਦੁੱਖਾਂਤ ਹੈ ਕਿ ਇਸ ਸਾਲ ਵੀ ਲਾਂਘਾ ਸਿਰਫ 4 ਮਹੀਨਿਆਂ ਦੇ ਲਈ ਖੋਲਿਆ ਜਾ ਸਕਿਆ ਨਵੰਬਰ 2019 ਤੋਂ ਖੁੱਲੇ ਲਾਂਗੇ ਦੇ ذریعے ਸੰਗਤ ਨੇ ਦਰਸ਼ਨ ਦੇਦਾਰੇ ਲਈ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਵਿਸ਼ਵ ਵਿਆਪੀ ਮਹਾਮਾਰੀ 15 ਮਾਰਚ 2020 ਨੂੰ ਦੁਬਾਰਾ ਦਰਵਾਜ਼ੇ ਬੰਦ ਕਰਵਾ ਦਿੱਤੇ ਜਿਸ ਨੂੰ ਕਰਤਾਰਪੁਰ ਸਾਹਿਬ ਕਿਹਾ ਜਾਂਦਾ ਹੈ ਤੇ ਗਵਾਂਡੀ ਦੇਸ਼ ਦੇ ਵਿੱਚ ਨਾਰੋਵਾਲ ਜ਼ਿਲ੍ਹੇ ਚ ਗੁਰੂ ਨਾਨਕ ਦੇਵ ਜੀ ਦੀ ਅੰਤਮ ਆਰਾਮ ਸਥਾਨ ਹੈ ਮੰਨਿਆ ਜਾ ਰਿਹਾ ਹੈ ਕਿ ਕਰਤਾਰਪੁਰ ਲਾਂਘਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿੱਚਲੀ ਕੜਵਾਹਟ ਦੂਰ ਕਰੇਗਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਜਾਣੋ ਕੇਂਦਰ ਸਰਕਾਰ ਦੇ ਵੱਲੋਂ ਕਰਤਾਰਪੁਰ ਦਾ ਲਾਂਘਾ ਖੋਲਣ ਬਾਰੇ ਕੀ ਬੋਲੇ ਹਰੀਸ਼ रावत ਸੂ ਪੰਜਾਬ ਦੇ ਵਿੱਚ ਰੇਲ ਗੱਡੀਆਂ ਚਲਾਉਣ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ रावत ਨੇ ਦੁਰਾਹਾ ਦੇ ਵਿਖੇ ਮਰਹੂਮ ਮੁੱਖ ਮੰਤਰੀ ਬੀਨਤ ਸਿੰਘ ਦੇ ਬੋਤ ਤੇ ਫੁੱਲ ਮਾਲਾ ਲਾਵਾ ਪੇਟ ਕਰਨ ਦੇ ਮੌਕੇ ਕੀਤਾ ਅਗਲੀ ਵੱਡੀ ਖਬਰ ਹੈ ਜੀ ਸਿਰਫ ਤਿੰਨ ਦਸਤਾਵੇਜ਼ਾਂ ਨਾਲ ਬਣਾਏਗਾ ਕਿਸਾਨ ਕ੍ਰੈਡਿਟ ਕਾਰਡ 코로나 ਸੰਕਟ ਦੇ ਦੌਰਾਨ ਮੋਦੀ ਸਰਕਾਰ ਨੇ ਆਤਮ ਨਿਰਪਰ ਯੋਜਨਾ ਦੀ ਸ਼ੁਰੂਆਤ ਕੀਤੀ ਉਸ ਦੇ ਤਹਿਤ 2.5 ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਤਹਿਤ ਲੋਨ ਦੇਣ ਦਾ ਐਲਾਨ ਕੀਤਾ ਗਿਆ ਲੋਨ ਲੈਣ ਦੇ ਲਈ ਖੇਤੀ ਕਰਨ ਵਾਲੇ ਕਿਸਾਨਾਂ ਲਈ ਕੇ ਸੀ ਸੀ ਯੋਜਨਾ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨਾਲ ਲਿੰਕ ਕੀਤਾ ਗਿਆ ਹੈ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ